ਕੀ ਲੱਗਦਾ ਇਸ ਵਾਰ ਥੋੜ੍ਹਾ ਐਨਾਲਾਈਜ਼ ਕੀ ਕਹਿੰਦਾ, ਕੀ ਬਣੂਗਾ ਜੀ, ਕੀ ਮੋਦੀ ਸਰਕਾਰ ਆ ਜਿਹੜੀ ਉਹ ਦੁਬਾਰਾ ਆਊਗੀ ਜਾਂ ਇੰਡੀਆ ਅਲਾਇੰਸ ਦਾ ਗੱਠਜੋੜ ਆ ਜਿਹੜਾ ਉਹ ਉੱਪਰ ਰਹੂਗਾ? ਹਰ ਪਲ ਹਰ ਮਿੰਟ ਮੋਦੀ ਦੇ ਖਿਲਾਫ ਲੋਕਾਂ ਦਾ ਗੁੱਸਾ ਵੱਧ ਰਿਹਾ, ਹਰ ਪਲ ਹਰ ਮਿੰਟ ਮੋਦੀ ਵਿਰੋਧੀ ਇੰਡੀਆ ਗੱਠਜੋੜ ਦਾ ਪਲੜਾ ਭਾਰੂ ਹੋ ਰਿਹਾ। ਇਹ ਮੈਂ ਨਹੀਂ ਇਕੱਲਾ ਕਹਿ ਰਿਹਾ, ਦੇਸ਼ ਭਰ ਦੇ ਪੱਤਰਕਾਰ, ਦੇਸ਼ ਭਰ ਦੇ ਮੀਡੀਆ ਜਿਹੜਾ ਨਿਰਪੱਖ ਹੋ ਕੇ ਕੰਮ ਕਰ ਰਿਹਾ ਉਹ ਕਹਿ ਰਿਹਾ। ਸਿਰਫ ਲੋਕਾਂ ਦੀ ਚਿੰਤਾ ਇਹ ਆ ਵੀ ਜਿੱਦਾਂ ਮੋਦੀ ਨੇ ਸੂਰਤ ਵਿੱਚ ਕੀਤਾ, ਜਿੱਦਾਂ ਮੋਦੀ ਨੇ ਵਿਰੋਧੀਆਂ ਦੇ ਕਾਗਜ਼ ਰੱਦ ਕਰਨ ਵੇਲੇ ਕੀਤਾ, ਉੱਦਾਂ ਜਿੱਦਾਂ ਕਿਤੇ EVM ਮਸ਼ੀਨਾਂ ਫੜੀਆਂ ਜਾ ਰਹੀਆਂ, ਕਿਤੇ ਵੋਟਾਂ ਇੱਕ ਇੱਕ ਮੁੰਡਾ 8 ਵੋਟਾਂ ਪਾ ਕੇ ਚਲਾ ਗਿਆ, ਇੱਦਾਂ ਦੀ ਧੱਕੇਸ਼ਾਹੀ ਦਾ ਲੋਕਾਂ ਦੇ ਮਨਾਂ ਡਰ ਆ। ਪਰ ਮੈਂ ਸਮਝਦਾ ਕਿ ਜਿਹੜੀ ਲੋਕਾਂ ਦੀ ਸੂਝ ਹੈ ਨਾ, ਉਹ ਸ਼ਾਇਦ ਉਹਨੂੰ ਧੱਕਾਸ਼ਾਹੀ ਕਰਨ ਤੋਂ ਵੀ ਰੋਕੇਗੀ, ਰਾਹ 'ਚ ਰੋੜਾ ਬਣੇਗੀ। ਪਰ ਇਸ ਲਈ ਜਿੱਥੋਂ ਤੱਕ ਦਾ ਸੰਬੰਧ ਹੈਗਾ ਹਾਲਤਾਂ ਦਾ, ਮੋਦੀ ਚੋਣ ਹਰ ਚੁੱਕਾ ਵਿੱਚ ਕੋਈ ਇੱਕ ਪੱਖ ਵੀ 1% ਵੀ ਭੁਲੇਖਾ ਨਹੀਂ ਚਾਹੀਦਾ। ਸਿਰਫ ਸਾਵਧਾਨ ਹੀ ਰਹਿਣਾ ਚਾਹੀਦਾ ਵੀ ਇਹ ਮੋਦੀ ਕਿਸੇ ਹੱਦ ਤੱਕ ਵੀ ਜਾ ਸਕਦਾ ਨੀਵਾਂ। ਬਹੁਤ ਸਾਰੇ ਆਗੂ ਕਾਂਗਰਸ ਦੇ ਆ ਜਾਂ ਹੋਰ ਆ, ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਆ। ਸੁਨੀਲ ਜਾਖੜ ਆ, ਮਨਪ੍ਰੀਤ ਬਾਦਲ ਹੋਣੀ ਆ, ਰਵਨੀਤ ਬਿੱਟੂ ਹੋਣੀ ਆ, ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਹੋਏ ਆ। ਕੀ ਲੱਗਦਾ ਇਹਦੇ ਨਾਲ ਭਾਜਪਾ ਜਿਹੜੀ ਉਹ ਪੰਜਾਬ ਦੇ ਵਿੱਚ ਮਜ਼ਬੂਤ ਹੋਊਗੀ ਜਾਂ ਉਸੇ ਤਰ੍ਹਾਂ ਹੀ ਰਹੂਗੀ? ਭਾਜਪਾ ਹੋਰ ਗਲ ਜਾਏਗੀ। ਜਿਹੜੇ ਲੋਕ ਰਾਜਨੀਤੀ ਵਿੱਚ ਸਿਰਫ ਪੈਸਾ ਕਮਾਉਣ ਲਈ ਆਏ ਆ, ਜਿਹਨਾਂ ਨੇ ਕਾਲਾ ਕੰਮ ਧੰਦਾ ਕੀਤਾ ਆ, ਰਾਜਨੀਤੀ 'ਚ ਕਰੋੜਾਂ ਰੁਪਈਏ ਅਰਬਾਂ ਰੁਪਈਏ ਕਮਾਏ ਆ, ਉਹ ਡਰਦੇ ਆ ਵੀ ਕਿਤੇ ਜੇ ਮੋਦੀ ਦੇ ਵਿਰੋਧ 'ਚ ਕੰਮ ਕੀਤਾ ਤਾਂ ED ਵਾਲੇ ਨਾ ਆ ਜਾਣ। ਇਹ ਸਿਧਾਂਤਾਂ ਦੇ ਤੌਰ 'ਤੇ ਨਹੀਂ ਜਾ ਰਿਹਾ। ਔਰ ਮੈਂ ਇਹ ਵੀ ਕਹਿ ਰਿਹਾ ਵੀ ਦਲ ਬਦਲੂਆਂ ਦਾ ਹਾਲ ਲੋਕ ਬੁਰਾ ਕਰਨਗੇ, ਦਲ ਬਦਲੂਆਂ ਨੂੰ ਲੋਕ ਨਹੀਂ ਕਦੀ ਪਲ ਮਾਫ਼ ਕਰਨਗੇ, ਵਿਰੋਧੀ ਧਿਰ ਨੂੰ ਤਾਂ ਮਾਫ਼ ਕਰ ਸਕਣਗੇ। ਤੁਸੀਂ ਜਿਨ੍ਹਾਂ ਦੇ ਨਾਂ ਲਏ ਆ, ਇਹਨਾਂ ਲੋਕਾਂ ਨਫ਼ਰਤ ਹੋ ਰਹੀ ਆ ਵੀ ਤੁਸੀਂ ਸਾਰੀ ਜ਼ਿੰਦਗੀ ਕਾਂਗਰਸ ਦੇ ਮੌਜਾਂ ਕੀਤੀਆਂ, ਮੰਤਰੀ ਪੁਣੇ ਤੁਸੀਂ ਅਹੁਦਿਆਂ 'ਤੇ ਰਹੇ ਹੋ, ਤੁਸੀਂ ਲੁੱਟਾਂ ਕਰਕੇ ਅਰਮਾਪਤੀ ਬਣ ਗਏ ਹੋ, ਅਤੇ ਹੁਣ ਜਦੋਂ ਤੁਸੀਂ ਸੱਤਾ ਦਾ ਇਹ ਮੌਕਾ ਆਇਆ ਵੀ ਉਹਨੂੰ ਬਦਲਣਾ ਆ, ਅਤੇ ਡਰ ਕੇ ਤੁਸੀਂ ਸੱਤਾ ਧਾਰੀਆਂ ਨਾਲ ਪਹੁੰਚ ਗਏ ਹੋ ਜਿਹੜੀ ਸੱਤਾ ਦੇਸ਼ ਨੂੰ ਤਬਾਹ ਕਰਨਾ ਚਾਹੁੰਦੀ ਹੈ। ਇਸ ਲਈ ਮੈਂ ਨਹੀਂ ਸਮਝਦਾ ਕਿ ਇਹਦੇ ਨਾਲ ਮੋਦੀ ਦਾ ਕੋਈ ਪਲੜਾ ਭਾਰੂ ਹੋ ਜਾਊਗਾ ਜਿਹੜੇ ਦਲ ਬਦਲੂ ਕਰਕੇ ਜਾ ਰਹੇ ਆ, ਬਲਕਿ ਦਲ ਬਦਲੂਆਂ ਨੂੰ ਸ਼ਾਮਿਲ ਕਰਨ ਨਾਲ ਮੋਦੀ ਕਟਹਿਰੇ ਹੀ ਖੜਾ ਹੋ ਗਿਆ ਵੀ ਜਿਹੜਾ ਕਹਿੰਦਾ ਸੀ ਅਸੂਲਾਂ ਦੇ ਆਧਾਰ ਦੇ ਉੱਤੇ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ਼ ਆ, ਅਸਲ 'ਚ ਉਹ ਨੰਗਾ ਹੋ ਗਿਆ। ਮੈਂ ਨਹੀਂ ਸਮਝਦਾ ਇਹਨਾਂ ਲਾਭ ਹੋਏਗਾ ਉਹਨੂੰ ਕੋਈ। ਇਹ ਕਿਸੇ ਹੱਦ ਤੱਕ ਜਾ ਕੇ ਵੀ ਕਿਸੇ ਗੱਲ ਨੂੰ ਲੋਕਾਂ ਨੂੰ ਗੁੰਮਰਾਹ ਕਰ ਸਕਦਾ, ਕੋਈ ਗਲਤ ਨਾਰਾ ਦੇ ਸਕਦਾ, ਇਹ ਗਲਤ ਘਟਨਾ ਕਰਾ ਸਕਦਾ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿ ਕੇ ਜਿਹੜਾ ਆਪਣਾ ਗੁੱਸਾ ਹੈ ਨਾ, ਉਹਦਾ ਪ੍ਰਗਟਾਵਾ 4 ਤਰੀਕ ਪਹਿਲੀ ਤਰੀਕ ਨੂੰ ਕਰਨਾ ਚਾਹੀਦਾ। ਔਰ ਮੋਦੀ ਅਤੇ ਮੋਦੀ ਦੇ ਮਿੱਤਰਾਂ, ਲੁਕੇ ਹੋਏ ਮਿੱਤਰਾਂ ਦੇ ਅਤੇ ਜਿਹੜੇ ਸਾਹਮਣੇ ਮਿੱਤਰ ਆ, ਉਹਨਾਂ ਦਾ ਪਲੜਾ ਐਨ ਸਾਫ਼ ਸੁਫੜਾ ਸਾਫ਼ ਪੰਜਾਬ 'ਚੋਂ ਕਰਨਾ ਚਾਹੀਦਾ। ਔਰ ਇੰਡੀਆ ਗੱਠਜੋੜ ਜਿਹੜਾ ਦੇਸ਼ ਨੂੰ ਅੱਗੇ ਲੈ ਕੇ ਜਾ ਰਿਹਾ ਚੋਣਾਂ ਦੇ ਵਿੱਚ, ਉਹਨੂੰ ਮਦਦ ਕਰਨੀ ਚਾਹੀਦੀ ਆ। ਔਰ ਉਹਨਾਂ ਦੇ ਜਿੱਤਣ ਨਾਲ ਜਿਹੜੀ ਜਮਹੂਰੀ ਲਹਿਰ ਆ ਉਹਨੂੰ ਕੰਮ ਕਰਨ ਦੀ ਆਜ਼ਾਦੀ ਮਿਲੇਗੀ, ਬੋਲਣ ਦੀ ਆਜ਼ਾਦੀ, ਲਿਖਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ। ਜਿਹੜਾ ਅੱਜ ਆ ਮਹਾਂਪੰਚਾਇਤ ਹੋ ਰਹੀ ਆ, ਜੇ ਕਦੇ ਮੋਦੀ ਦਾ ਬਸ ਚੱਲੇ ਤਾਂ ਮਹਾਂਪੰਚਾਇਤ ਹੋਣ ਦੇ ਦੇਵੇ, ਉਹ ਨਹੀਂ ਮਹਾਂਪੰਚਾਇਤ ਹੋਣ ਦੇਏਗਾ। ਪਰ ਅਸੀਂ ਆਪਣੇ ਹੱਕਾਂ ਦੀ ਰਾਖੀ ਲਈ ਲੜਾਂਗੇ, ਉਦੋਂ ਵੀ ਲੜਾਂਗੇ। ਇਸ ਲਈ ਮੇਰਾ ਭਾਵ ਕਹਿਣ ਤੋਂ ਆ ਵੀ ਲੋਕ ਆਪਣੇ ਗੁੱਸੇ ਦਾ ਪ੍ਰਗਟਾਵਾ 1 ਤਰੀਕ ਨੂੰ ਮੋਦੀ ਨੂੰ ਸੱਤਾ ਤੋਂ ਲਾਉਣ ਲਈ ਕਰਨ, ਔਰ ਪੂਰਾ ਭਰੋਸਾ ਦੇਸ਼ ਨੂੰ ਬਣ ਗਿਆ ਵੀ ਮੋਦੀ ਅਦੀ 'ਚੋਂ ਤੀਜੀ ਵਾਰੀ ਸੱਤਾ 'ਤੇ ਨਹੀਂ ਆਏਗਾ। ਜੀ, ਮੇਰਾ ਆਖਰੀ ਸਵਾਲ ਆ, ਜਿਵੇਂ ਉਹ ਹਿੰਦੂ ਪੱਤਾ ਖੇਡ ਰਿਹਾ ਹਿੰਦੂ ਤੱਤ ਦਾ, ਹੈ ਨਾ, ਉਹ ਮੁਸਲਮਾਨਾਂ ਖਿਲਾਫ਼ ਸ਼ਰੇਆਮ ਬੋਲ ਰਹੇ ਆ, ਸ਼ਰੇਆਮ ਜਾਣੀ ਬਹੁਤ ਜ਼ਿਆਦਾ ਖੁੱਲ੍ਹ ਕੇ ਬੋਲ ਰਿਹਾ, ਕੀ ਲੱਗਦਾ ਉਹ ਜਿਹੜਾ ਪੱਤਾ ਉਹ ਸ਼ਰੇਆਮ ਹਿੰਦੂ ਤੱਤ ਦਾ ਪੱਤਾ ਖੇਡ ਰਹੇ ਆ, ਉਹ ਕੰਮ ਆ ਸਕਦਾ ਉਹਨਾਂ ਦੇ ਇਸ ਵਾਰ? ਇਸੇ ਗੱਲ ਤੱਕ ਭਰਾ ਆ ਵੀ ਹਿੰਦੂ ਪੱਤਾ ਖੇਡ ਰਿਹਾ, ਪੱਤਾ ਕੰਮ ਨਹੀਂ ਕਰ ਰਿਹਾ, ਜੁਮਲਾ ਛੱਡ ਰਿਹਾ, ਕਦੀ ਰਾਮ ਮੰਦਿਰ ਦਾ ਮੁੱਦਾ, ਕਦੀ ਧਰਮ ਦਾ ਮੁੱਦਾ, ਲੇਕਿਨ ਉਹ ਜੁਮਲਾ ਕੰਮ ਨਹੀਂ ਕਰ ਰਿਹਾ। ਮੋਦੀ ਦੀ ਮੁਖਾਲਫਤ ਦੂਜੇ ਭਾਈਚਾਰੇ 'ਚ ਨਹੀਂ ਹੋ ਰਹੀ ਉਨੀ ਜਿੰਨੀ ਹਿੰਦੂ ਸਮਾਜ 'ਚੋਂ ਹੋ ਰਹੀ ਆ। ਜਿੰਨੇ ਭਾਰਤ ਦੇ ਹਿੰਦੂ ਆ, ਪੜ੍ਹੇ ਲਿਖੇ ਲੋਕ, ਬੁੱਧੀਜੀਵੀ ਆ, ਪੱਤਰਕਾਰ ਆ, ਉਹ ਆਪਣੀ ਜਾਨ ਤਲੀ 'ਤੇ ਰੱਖ ਕੇ ਲੜ ਰਹੇ ਆ।
ਘੱਟ ਗਿਣਤੀਆਂ ਤਾਂ ਲੜੇ ਰਹੀਆਂ ਪਰ ਘੱਟ ਗਿਣਤੀਆਂ ਨਾਲੋਂ ਵੀ ਅੱਗੇ ਹੋ ਕੇ ਹਿੰਦੂ ਭਾਈਚਾਰਾ ਮੈਦਾਨ 'ਚ ਆ ਗਿਆ। ਇਸ ਲਈ ਮੋਦੀ ਦੀ ਚਿੰਤਾ ਇਸ ਕਰਕੇ ਵੱਧ ਰਹੀ ਆ ਵੀ ਮੈਂ ਤਾਂ ਸਮਝਦਾ ਸੀ ਲੋਕ ਮੇਰੇ ਨਾਨੇ ਭਗਤ ਹੋ ਕੇ ਆ ਜਾਣਗੇ, ਲੇਕਿਨ ਵੱਡਾ ਹਿੱਸਾ ਹਿੰਦੂ ਭਾਈਚਾਰੇ ਦਾ ਮੋਦੀ ਦੀ ਚਾਲਾਂ 'ਚ ਨਹੀਂ ਆਉਣ ਵਾਲਾ। ਔਰ ਦੇਸ਼ ਦੇ ਲੋਕਾਂ ਨੇ ਮਨ ਬਣਾ ਲਿਆ, ਹਿੰਦੂ ਭਾਈਚਾਰੇ ਨੇ ਵੀ, ਬਾਕੀ ਧਰਮਾਂ ਦੇ ਲੋਕਾਂ ਨੇ ਵੀ, ਵੀ ਤੀਜੀ ਵਾਰੀ ਮੋਦੀ ਸੱਤਾ 'ਤੇ ਨਹੀਂ ਤੈਨੂੰ ਆਉਣ ਦੇਣਾ, ਅਸੀਂ ਦੇਸ਼ ਨੂੰ ਬਰਬਾਦ ਨਹੀਂ ਹੋਣ ਦੇਣਾ। ਅਸੀਂ ਊਧਮ ਸਿੰਘ ਸੁਨਾਮ ਦਾ ਦੇਸ਼, ਭਗਤ ਸਿੰਘ ਦੇ ਗਦਰੀ ਬਾਬਿਆਂ ਦਾ ਦੇਸ਼, ਬਾਬੇ ਨਾਨਕ ਦੀ ਰਚੀ ਬਾਣੀ ਦੀ ਧਰਤੀ, ਅਸੀਂ ਇਹਦੀਆਂ ਰਵਾਇਤਾਂ ਨੂੰ ਕਾਇਮ ਰੱਖਾਂਗੇ ਔਰ ਸੱਤਾ ਦੇ ਫਿਰਕੂ ਫਾਸ਼ੀ ਤਾਕਤਾਂ ਨੂੰ ਹਾਰ ਦੇਵਾਂਗੇ ਔਰ ਦੇਸ਼ ਨੂੰ ਇੱਕ ਧਰਮ ਨਿਰਪੱਖ ਦੇਸ਼ ਦੇ ਤੌਰ 'ਤੇ ਅੱਗੇ ਲੈ ਕੇ ਜਾਵਾਂਗੇ।